उस ए अपने डेलो एरिए रहने वाली है बरनाले मैरिड है जिहड़ी ए जिहदे नाल होया सी ओह लड़की दे फड़े जाण तों बाद यह लगेगा पर सस्पीशन रेज हो गया कंपनी वालों ओनिशन दसना पहला लापरवाही दे नाल के जिहड़ा वक्त पाता पंजाब पुलिस नूं जिहड़ी के इन्ने पैसे कमिशन लै रहे आ लै रहे आ कैश नूं प्रोपर सिक्योर नहीं रख्या गया ਉਹ ਸਕਿਉਰਿਟੀ ਗਾਰਡਾਂ ਜਿਹਨੂੰ ਡੇ ਟਾਈਮ ਡਿਊਟੀ ਲੈਣ ਤੋਂ ਬਾਅਦ ਰਾਤ ਨੂੰ ਉਹਦੇ ਤੋਂ ਡਿਊਟੀ ਲਈ ਗਈ ਉਹਦੇ ਇਲਾਵਾ ਫਿਰ ਉਸ ਤੋਂ ਬਾਅਦ ਜਦੋਂ ਕੈਸ਼ ਦਾ ਇਨੀਸ਼ੀਅਲ ਦੱਸ ਰਹੇ ਆ ਤੇ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਜਿਹੜਾ ਕੈਸ਼ ਦੇ ਅਮਾਊਂਟ ਦੇ ਵਿੱਚ ਫਰਕ ਨਿਕਲਣਾ ਇਹ ਜਿਹਨੂੰ ਕਹਿੰਦੇ ਸ਼ੱਕ ਤਾਂ ਇਸ ਗੱਲ ਦੇ ਵਿੱਚ ਪੈਂਦਾ ਪਰ ਸ਼ੱਕ ਦਾ ਅਸੀਂ ਇੱਕ ਹੱਲ ਇਹ ਵਿੱਚ ਇਹ ਸੋਚਿਆ ਅਸੀਂ ਸਸਟੇਨ ਸਾਡੇ ਜੀਸੀਪੀ ਸਿਟੀ ਸੋਮਿਆ ਮਿਸ਼ਰਾ ਉਹਦੇ ਨਾਲ ਡੀਸੀਪੀ ਇਨਵੈਸਟੀਗੇਸ਼ਨ ਉਹਦੇ ਨਾਲ ਆਪਣਾ ਸ਼ੁਭਮ ਜਿਹੜੇ ਅਗਰਵਾਲ ਹੈ ਏਡੀਸੀਪੀ 3 ਤੇ ਨਾਲ ਉਹਦੇ ਵਿੱਚ ਉਹਨੂੰ ਜਿਹੜੇ ਹੈਗੇ ਆ ਆਪਣੇ ਰੁਪਿੰਦਰ ਪੱਟੀ ਜਿਹੜੇ ਆ ਸਾਡੇ ਏਡੀਸੀਪੀ ਹੈੱਡਕੁਆਰਟਰ ਹੈ ਇਹਨਾਂ ਦੀ ਤੇ ਏਸੀਪੀ ਜਿਹੜਾ ਆਪਣਾ ਉਹ ਹੈਗਾ ਸਰਾਭਾ ਨਗਰ ਮਨਦੀਪ ਉਹਦੀ ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ ਉਹ ਦੁਆਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ ਮੁਕੱਦਮਾ ਹਜੇ 5 ਅਰੈਸਟਾਂ ਹੋਈਆਂ 5 ਸਾਡੇ ਕੋਲੇ ਜਿਹੜੇ ਵਾਂਟਡ ਆ ਬੰਦੇ ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ ਪਰ ਤੁਹਾਡਾ ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਚਿਕਰ ਕਹਿ ਨਹੀਂ ਸਕਦੇ ਜਿੰਨਾ ਚਿਕਰ ਅਰੈਸਟ ਨਾ ਹੋਵੇ ਪਰ ਕਿਤੇ ਇਹ ਤਾਂ ਨਹੀਂ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕੀਤੀ ਗਈ ਹੈ ਤਾਂ ਲੁਧਿਆਣਾ ਪੁਲਿਸ ਦਾ ਟਰੈਕ ਰਿਕਾਰਡ ਆ ਹਰ ਕੇਸ ਨੂੰ ਅਸੀਂ ਜਿਹੜੇ 8 ਘੰਟੇ 10 ਘੰਟੇ 16 ਘੰਟੇ ਚ ਤੇ ਪੱਤਰਕਾਰ ਵੀਰ ਪੁੱਛਣਾ ਸ਼ੁਰੂ ਕਰ ਦਿੰਦੇ ਆ ਕਿ ਇੱਥੇ 8 ਘੰਟੇ ਹੋ ਗਏ ਜੀ ਕੇਸ ਟ੍ਰੇਸ ਨਹੀਂ ਹੋਇਆ ਸਭ ਤੋਂ ਜ਼ਿਆਦਾ ਪ੍ਰੈਸ਼ਰ ਤਾਂ ਤੁਸੀਂ ਆ ਨੋ ਡਾਊਟ ਕਿ ਸੀਐਮ ਪੰਜਾਬ ਨੇ ਇਸ ਗੱਲ ਦਾ ਬੁਰਾ ਮੰਨਿਆ ਵਾਰ-ਵਾਰ ਇਹਨੂੰ ਪੁੱਛਦੇ ਰਹੇ ਇਹ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ ਮੇਰੀ ਟੀਮ ਤੇ ਮੈਨੂੰ ਮਾਣ ਹੈ ਕਾਊਂਟਰ ਇੰਟੈਲੀਜੈਂਸ ਦੀ ਟੀਮ ਸਾਡੇ AIG ਕਾਊਂਟਰ ਇੰਟੈਲੀਜੈਂਸ ਬੈਠੇ ਆ ਐਂਡ ਉਹਨਾਂ ਦੇ ਸਾਰੇ ਅਫਸਰ ਅਸੀਂ ਦਿਨ ਰਾਤ ਇੱਕ ਕੀਤਾ ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ 60 ਘੰਟਿਆਂ 'ਚ ਟ੍ਰੇਸ ਹੋਇਆ ਹਿੰਦੁਸਤਾਨ ਦਾ ਜੇ ਤੁਸੀਂ ਕਹਿੰਦੇ ਆ ਸਭ ਤੋਂ ਵੱਡੀ ਡਕੈਤੀ ਜਿਹੜੀ ਕੈਸ਼ ਦੀ ਹੋਈ ਹੈ ਤੇ ਸਭ ਤੋਂ ਫਾਸਟੈਸਟ ਰਿਕਵਰੀ ਵੀ ਲੁਧਿਆਣਾ ਕਮਿਸ਼ਨਰੇਟ ਦਾ ਮੇਰੀ ਟੀਮ ਦਾ ਕ੍ਰੈਡਿਟ ਹੈ।